ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਔੜ ਦੇ ਬਾਹਰ ਰੋਡ 'ਤੇ ਦੇਰ ਸ਼ਾਮ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਲੁਧਿਆਣਾ ਤੋਂ ਨਵਾਂਸ਼ਹਿਰ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਨਵਾਂਸ਼ਹਿਰ ਤੋਂ ਆ ਰਹੇ ਪੈਟਰੋਲ ਪੰਪ ਨੇੜੇ ਔੜ ਕਸਬੇ ਕੋਲ ਇੱਕ ਟਰੈਕਟਰ ਨਾਲ ਟਕਰਾ ਗਈ। ਟੱਕਰ ਇੰਨੀ ਖਤਰਨਾਕ ਸੀ ਕਿ ਬੱਸ ਦੇ ਅੱਗੇ ਬੈਠੀ ਮਹਿਲਾ ਯਾਤਰੀ ਬੱਸ ਦੀ ਅਗਲੇਰੀ ਸੀਟ ਤੋੜ ਕੇ ਬੱਸ ਦੇ ਬਾਹਰ ਜਾ ਡਿੱਗੀ। ਮੌਕੇ 'ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਜ਼ੋਰਦਾਰ ਆਵਾਜ਼ ਸੁਣ ਕੇ ਉਹ ਬੱਸ ਵੱਲ ਭੱਜੇ। ਲੋਕਾਂ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਬੱਸ ਚਾਲਕ ਘਬਰਾ ਗਿਆ ਸੀ। ਇਹ ਹਾਦਸਾ ਬੱਸ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਫਿਲਹਾਲ ਭਾਵੇਂ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਕਈ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਕੀ ਗੱਲਬਾਤ ਹੋਈ ਬਾਅਦ ਜਿਹੜਾ ਐਕਸੀਡੈਂਟ ਹੋਇਆ ਕੀ ਵਜ੍ਹਾ ਹੋਈ ਹੈ? ਮੈਂ ਡਰਾਈਵਰ ਦੇ ਨਾਲ ਦੀ ਸੀਟ 'ਤੇ ਬੈਠਾ ਸੀ, ਸਾਹਮਣੇ ਇੱਧਰ ਕੰਡਕਟਰ ਵਾਲੀ ਸੀਟ 'ਤੇ। ਠੀਕ ਹੈ। ਡਰਾਈਵਰ ਨੇ ਲੁਧਿਆਣੇ ਵੀ ਦੋ ਤਿੰਨ ਬੰਦਿਆਂ 'ਚ ਮਾਰਨਾ ਸੀ ਆਟੋ 'ਚ। ਡਰਾਈਵਰ ਦਾ ਨਸ਼ਾ ਪੂਰਾ ਮੇਰੇ ਸਾਹਮਣੇ ਕੀਤਾ ਉਹਨੇ, ਭੁੱਕੀ ਖਾਧੀ। ਅੱਛਾ, ਭੁੱਕੀ ਖਾਧੀ, ਭੁੱਕੀ ਖਾਧੀ, ਹੋਰ ਵੀ ਨਸ਼ਾ ਕੀਤਾ ਉਹਨੇ। ਬਸ ਰੱਬ ਨੇ ਬਚਾ ਲਿਆ ਸਾਨੂੰ ਸਾਰਿਆਂ ਨੂੰ। ਇੱਥੇ ਆ ਕੇ ਕਿੱਦਾਂ ਹੋਇਆ ਬੈਲੈਂਸ? ਡਰਾਈਵਰ ਦੀ ਨੀਂਦ ਅੱਖਾਂ ਲੱਗ ਰਹੀ ਸੀਗੀ ਜੀ। ਤੁਸੀਂ ਕਿਹੜੀ ਜਗ੍ਹਾ ਤੋਂ? ਮੈਂ ਲੁਧਿਆਣੇ ਤੋਂ ਜੀ। ਜਾਣਾ ਕਿੱਥੇ? ਡਿਊਟੀ ਜਾ ਰਹੇ ਸੀ ਨਵੇਂ ਸ਼ਹਿਰ ਗੜਸ਼ੰਕਰ। ਕਿੱਥੇ ਡਿਊਟੀ ਕਰਦੇ ਤੁਸੀਂ? ਮੈਂ ਫੀਲਡ ਜੋਬ ਹੈ। ਕਿਹੜੇ ਬੈਂਕ ਵਿੱਚ? ਹੈਲਥ ਡਿਪਾਰਟਮੈਂਟ 'ਚ ਹੈ ਜੀ। ਹੈਲਥ ਡਿਪਾਰਟਮੈਂਟ ਅਤੇ ਤੁਹਾਡੇ ਕਹਿਣ ਦਾ ਮਤਲਬ ਜਿਹੜੀ ਗਲਤੀ ਸਾਰੀ ਡਰਾਈਵਰ ਦੀ? 100% ਜੀ। ਮਤਲਬ ਨਸ਼ਾ ਕੀਤਾ ਹੋਇਆ? ਨਸ਼ਾ ਕੀਤਾ ਹੋਇਆ ਸੀ ਜੀ। ਉਹਨੇ ਲੁਧਿਆਣੇ ਜੀ ਮੇਰੇ ਸਾਹਮਣੇ ਆਟੋ 'ਚ ਇੱਕ ਦੋ 'ਚ ਮਾਰਨਾ ਸੀ। ਠੀਕ। ਫਿਰ ਜਿਸ ਵੇਲੇ ਉਹ ਇੱਦਾਂ ਕਰ ਰਹੇ ਤੁਸੀਂ ਕੋਸ਼ਿਸ਼ ਨਹੀਂ ਕੀਤੀ? ਕਿਹਾ ਸੀ ਉਹਨੂੰ, ਸਮਝਾਇਆ, ਕਹਿੰਦਾ ਨਹੀਂ ਭਾਜੀ, ਕਹਿੰਦਾ ਠੀਕ ਹੈ ਜੀ। ਠੀਕ। ਅਤੇ ਤੁਹਾਡੇ ਕੋਈ ਚੋਟ ਵਗੈਰਾ ਤਾਂ ਨਹੀਂ ਲੱਗੀ? ਹੈ ਜੀ, ਮੇਰੇ ਪਹਿਲੇ ਮੋਢਾ ਫ੍ਰੈਕਚਰ ਸੀਗਾ, ਉੱਥੇ ਦੁਆ ਲੱਗੀ ਹੈ ਅਤੇ ਦਿੱਕਤ ਆ ਥੋੜ੍ਹੀ ਜੀ। ਆ ਰਹੇ ਬੰਦੇ ਮੇਰੇ ਲੈ ਕੇ ਜਾ ਰਹੇ ਹੈ। ਠੀਕ। ਤੁਹਾਡਾ ਨਾਮ ਕੀ ਭਾਜੀ? ਮੇਰਾ ਨਾਮ ਵਰੁਣ ਸੋਪਤੀ ਹੈ ਜੀ। ਭਾਜੀ ਇਹ ਤੁਸੀਂ ਕਿਸ ਤਰ੍ਹਾਂ ਹੋਇਆ ਕੁਛ ਪਤਾ? ਅਸੀਂ ਜੀ ਔੜ ਤੋਂ ਥਾਣੇ ਤੋਂ ਆ ਰਹੇ ਸੀ, ਅਸੀਂ ਥੋੜ੍ਹਾ ਜਿਹਾ ਪਿੱਛੇ ਸੀਗੇ ਹਾਦਸੇ ਤੋਂ। ਆਵਾਜ਼ ਇੰਨੀ ਕੁ ਜ਼ਿਆਦਾ ਆਈ ਆ ਕਿ ਬੱਸ ਨੇ ਟਰੈਲੀ ਵਾਲੇ ਨੂੰ ਚੱਕ ਕੇ ਪਿੱਛੇ ਘੜੀਸ ਕੇ ਲੈ ਕੇ ਗਿਆ। ਇੱਕ ਸਾਈਡ ਸਾਰੀ ਜਦੋਂ ਉੜ ਗਈ, ਇੱਥੇ ਤੱਕ ਸੀਗੀ ਕਿ ਜਦੋਂ ਬੱਸ ਦੇ ਵਿੱਚੋਂ ਜਿਹੜੀਆਂ ਸਵਾਰੀਆਂ ਵੀ ਸੀਗੀਆਂ ਉਹ ਟਾਇਰ ਦੇ ਬੱਸ ਦੇ ਥੱਲਿਓਂ ਕੱਢੀਆਂ ਗਈਆਂ। ਅੱਛਾ, ਸਵਾਰੀਆਂ ਵੀ ਟਾਇਰ ਦੇ? ਹਾਂ, ਨੀਚੇ ਆ ਗਈਆਂ ਸੀ ਸਵਾਰੀਆਂ, ਇੱਕ ਸਾਈਡ ਤੋਂ ਥੱਲੇ ਗਿਰ ਗਈਆਂ ਸੀ। ਉਹਨਾਂ ਨੂੰ ਘੜੀਸ ਕੇ ਦੁਕਾਨਦਾਰਾਂ ਨੇ, ਵਿਚਾਰੇ ਮਿਹਨਤ ਕਰ ਰਹੇ ਪੈਟਰੋਲ ਪੰਪ ਵਾਲਿਆਂ ਨੇ, ਇਹਨਾਂ ਨੇ ਘੜੀਸ ਕੇ ਕੱਢੇ ਬਾਹਰ। ਇਹ ਵੀ ਪਤਾ ਲੱਗਾ ਇਹ ਬੱਚੇ ਜਿਹੜੇ ਸੀ ਇਹ ਮਤਲਬ? ਇਹ ਬੱਚੇ ਜੀ ਮਲੇਰਕੋਟਲੇ ਤੋਂ ਆ ਰਹੇ ਸੀ। ਅੱਛਾ। ਜੋ ਇਹਨਾਂ ਨੇ ਦੱਸਿਆ ਕਿ ਮਲੇਰਕੋਟਲੇ ਤੋਂ ਆ ਰਹੇ ਸੀ, ਮਾਲਪੁਰ ਇਹਨਾਂ ਦੀ ਗੇਮ ਸੀਗੀ। ਅੱਛਾ। ਇਹਨਾਂ ਵਿੱਚੋਂ 5-6 ਬੱਚਿਆਂ ਦੇ ਥੋੜ੍ਹੀਆਂ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ, ਜਿਹਨਾਂ ਨੂੰ ਇਹਨਾਂ ਦੇ ਟੀਚਰਾਂ ਦੇ ਨਾਲ ਇੱਥੇ ਦੁਕਾਨਦਾਰਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਕਿਤੇ ਕਨਵੇਂਸ ਦੇ, ਮਤਲਬ ਸਪੋਰਟਸ ਵਾਲੇ ਬੱਚੇ ਸੀਗੇ, ਸਪੋਰਟਸ ਵਾਲੇ ਬੱਚੇ ਜ਼ਿਆਦਾਤਰ ਬੱਸ 'ਚ ਬੱਸ 'ਚ ਉਹ ਸੀਗੇ, ਅਤੇ ਜਿਹੜੇ ਲੋਕਾਂ ਬੱਚਿਆਂ ਦੇ ਜ਼ਿਆਦਾ ਹੋਰ ਸਵਾਰੀਆਂ ਦੇ ਜਿਹਨਾਂ ਦੇ ਜ਼ਿਆਦਾ ਸੱਟਾਂ ਲੱਗੀਆਂ ਆ ਉਹਨਾਂ ਨੂੰ ਪ੍ਰਾਈਵੇਟ ਹਾਲ ਦੇ ਨਾਲ ਭੇਜਿਆ ਗਿਆ, ਕਿ ਇੱਥੇ ਐਂਬੂਲੈਂਸ ਦਾ ਬਹੁਤ ਬੁਰਾ ਹਾਲ ਆ। ਐਂਬੂਲੈਂਸ ਵੀ ਠੀਕ ਆਈ ਹੈ? ਬਹੁਤ ਜ਼ਿਆਦਾ ਬੁਰਾ ਹਾਲ ਆ ਕਹਿੰਦੇ ਜੀ, ਮਤਲਬ ਲੇਟ ਆਈ ਆ। ਲੇਟ ਕਿ ਆਈ ਹੈ, ਇਹ ਸਮਝ ਲਓ ਹੁਣ ਤਾਂ ਆਈ ਨਹੀਂ, ਹੁਣ ਤਾਂ ਪਹੁੰਚ ਵੀ ਗਏ ਪੇਸ਼ੈਂਟ ਘਰ। ਬਹੁਤ ਠੀਕ। ਦੂਜੇ ਪਾਸੇ ਬੱਸ ਕੰਡਕਟਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਡਰਾਈਵਰ ਦੀ ਕੋਈ ਗਲਤੀ ਨਹੀਂ ਸੀ। ਹਾਦਸੇ ਦੌਰਾਨ ਡਰਾਈਵਰ ਅਤੇ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕੀ ਨਾਮ ਆਪਣਾ ਜੀ? ਰਾਣਾ ਸਿੰਘ। ਇੱਕ ਮਿੰਟ ਬਾਈ, ਭਾਅ ਜੀ ਤੁਸੀਂ ਇਹ ਬੱਸ ਦੇ ਕੰਡਕਟਰ ਹੋ? ਹਾਂਜੀ, ਕੰਡਕਟਰ ਜੀ। ਕੀ ਵਾਕਿਆ ਹੋਇਆ? ਮੈਂ ਤਾਂ ਸਵਾਰੀ ਚੜ੍ਹਾ ਕੇ 2 ਸੜਕਾਂ ਚੱਲਿਆ ਸੀ, ਜਦੋਂ ਟਿਕਟ ਕੱਢਦਾ ਪਿਆ ਸੀ ਅਤੇ ਪਿੱਛੋਂ ਆਣ ਕੇ ਜਦ ਦੇਖਿਆ ਵੀ ਗੱਡੀ ਇੱਕਦਮ ਕਾਢ ਕਾਢ ਜੇ ਹੋਈ, ਮੈਂ ਤਾਂ ਵਿਚਾਰੇ ਡਿੱਗਿਆ, ਮੈਂ ਤਾਂ ਪਤਾ ਹੀ ਬਾਅਦ 'ਚ ਲੱਗਿਆ ਗੱਡੀ ਲੱਗ ਗਈ। ਭਾਅ ਜੀ ਜਿਹੜੀ ਵੱਜੀ ਹੈ, ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਪਿਛਲੀ ਵਾਰੀ ਸੀ। ਤੁਹਾਡੀਆਂ ਸਵਾਰੀਆਂ ਜਿਹੜੀਆਂ ਵਿੱਚ ਇੰਜਨ ਹੋਈਆਂ ਉਹ ਦੱਸ ਵੀ ਰਹੀਆਂ ਆ ਵੀ ਡਰਾਈਵਰ ਨਸ਼ਾ ਕਰਕੇ ਤੁਰਿਆ ਲੁਧਿਆਣੇ ਤੋਂ, ਪਹਿਲਾਂ ਵੀ ਕਈ ਵਾਰੀ ਮਾਰਨੇ ਦੀ ਕੋਸ਼ਿਸ਼ ਕੀਤੀ, ਤੁਹਾਡਾ ਫਰਜ਼ ਨਹੀਂ ਸੈਕਟ ਹੋਣ ਦੇ ਉਹਨੂੰ ਸਮਝਾਇਆ ਜਾਵੇ? ਕੋਈ ਨਸ਼ਾ ਸਾਡੇ ਸਾਹਮਣੇ ਨਹੀਂ, ਉਹਨਾਂ ਨੇ ਮਨਾ ਵੀ ਕੀਤਾ ਇਸ ਵੇਲੇ ਬੰਦਾ ਉਹ ਇੱਥੇ ਮੌਜੂਦ ਆ, ਬੰਦਾ ਇੱਥੇ ਮੌਜੂਦ ਆ, ਸਵਾਰੀਆਂ ਦੱਸ ਰਹੀਆਂ ਭਾਜੀ? ਨਹੀਂ, ਸਾਡੇ ਸਾਹਮਣੇ ਕੋਈ ਨਸ਼ਾ ਨਹੀਂ ਕੀਤਾ ਜੀ। ਫਿਰ ਕਾਰਨ ਕੀ ਹੋਇਆ ਇੱਧਰ? ਪਿੱਛੇ ਜਾਣੇ ਗੱਡੀ ਜਾਣ, ਮੈਂ ਤਾਂ ਸਵਾਰੀ ਪਿੱਛੇ ਚੜਾ ਕੇ ਡੇਟ ਕੱਟਣ ਲੱਗਾ ਜਦੋਂ, ਅਤੇ ਜਦੋਂ ਗੱਡੀ ਲੱਗੀ ਮੈਂ ਤਾਂ ਉਸ ਟਾਈਮ ਪਤਾ ਲੱਗਿਆ। ਡਰਾਈਵਰ ਠੀਕ ਹੈ ਤੁਹਾਡਾ? ਡਰਾਈਵਰ ਨੂੰ ਲੈ ਕੇ ਗਏ ਜੀ ਨਵੇਂਸ਼ਹਿਰ, ਨਵੇਂਸ਼ਹਿਰ ਕਿੰਨੀ ਇੱਕ ਸੱਟਾਂ ਲੱਗੀਆਂ? ਉਹਦੇ ਸਿਰ 'ਚ ਜ਼ਿਆਦਾ ਸੱਟ ਲੱਗੀ ਗਈ। ਤੁਹਾਨੂੰ ਮਤਲਬ ਜਦ ਸਵਾਰੀਆਂ ਨੇ ਉਹਨਾਂ ਨੂੰ ਕਹਿੰਦੇ ਰੋਕਿਆ ਵੀ ਆ ਸੀ ਕਿ ਤੁਸੀਂ ਆਹ ਚੀਜ਼ ਨਾ ਵਰਤੋ, ਪਰ ਉਹ ਰੁਕੇ ਨਹੀਂ ਹੈਗੇ? ਨਹੀਂ, ਕੋਈ ਸਾਹਮਣੇ ਸਾਡੇ ਚੀਜ਼ ਨਹੀਂ ਖਾਧੀ ਜੀ। ਅਤੇ ਜਦੋਂ ਬੱਸ ਜਿਹੜੀਆਂ ਪਿੱਛੇ ਲੁਧਿਆਣੇ ਕੋਲ ਵੀ ਕਹਿੰਦੇ 2-3 ਜਗ੍ਹਾ 'ਤੇ ਮਾਰਨ ਲੱਗੇ ਸੀ? ਨਹੀਂ ਜੀ, ਨਹੀਂ ਕੋਈ ਗੱਲਬਾਤ ਇਹੋ ਜਿਹੀ। ਇਹ ਸਵਾਰੀਆਂ ਦਾ ਕਹਿਣਾ ਜਿਹੜੀਆਂ ਵਿੱਚ ਬੈਠੀਆਂ, ਇਹੋ ਜਿਹੀ ਕੋਈ ਗੱਲਬਾਤ ਨਹੀਂ, ਸਵਾਰੀ ਲੈ ਕੇ ਲੁਧਿਆਣੇ ਤੋਂ ਆਏ, ਜਾਮ ਲੱਗਿਆ ਬਹੁਤ ਜ਼ਿਆਦਾ। ਅਤੇ ਤੁਹਾਡਾ ਮਤਲਬ ਕਹਿੰਦਾ ਹੈਗਾ ਕਿ ਕੋਈ ਐਸੀ ਗੱਲ ਨਹੀਂ? ਐਸੀ ਗੱਲ ਨਹੀਂ ਸੀ ਕੋਈ ਵੀ। ਠੀਕ ਹੈ। ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਔੜ ਥਾਣਾ ਮੁਖੀ ਜਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ ਅਤੇ ਥਾਣਾ ਸਦਰ ਦੇ SHO ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਨਵਾਂਸ਼ਹਿਰ ਤੋਂ ਦਵਿੰਦਰ ਸ਼ਰਮਾ ਦੀ 09 TV ਲਈ ਰਿਪੋਰਟ। ਸਰ ਜੀ, ਇਹ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਵਿੱਚ ਦੱਸੋ ਕਿਸ ਤਰ੍ਹਾਂ ਹੋਇਆ, ਕੀ ਗੱਲਬਾਤ ਹੈ? ਅੱਜ ਕੋਈ ਨੀਅਰ ਅਬਾਊਟ 2 ਵਜੇ ਸਾਨੂੰ ਮੈਸੇਜ ਗਿਆ ਵੀ
ਅਤੇ ਕੁਝ ਸਵਾਰੀਆਂ ਇੰਜਰਡ ਵੀ ਸੀਗੀਆਂ। ਸਾਡੇ ਆਉਣ ਤੋਂ ਇੱਕ ਦੋ ਸਵਾਰੀਆਂ ਨੂੰ ਪਹਿਲਾਂ ਭੇਜ ਵੀ ਦਿੱਤਾ ਜੀ, ਕੁਝ ਸਵਾਰੀਆਂ ਨੂੰ ਅਸੀਂ ਕੱਢ ਕੇ ਸਿਵਲ ਹੋਸਪਿਟਲ ਰੈਫਰ ਕੀਤਾ ਹੈ ਜੀ। ਅਤੇ ਹੁਣ ਉਹਨਾਂ ਦੇ ਵਿੱਚ ਜਿਹੜਾ ਬੱਸ ਦਾ ਡਰਾਈਵਰ ਸੀ ਉਹ ਗੁਰਸੇਵਕ ਸਿੰਘ ਆ, ਗੁਰਮੇਲ ਸਿੰਘ, ਉਹ ਵੀ ਇੰਜਰਡ ਆ ਅਤੇ ਕਾਫੀ ਉਹਦੇ ਹੱਡ ਇੰਜਰੀ ਵੀ ਹੈਗੀ ਆ ਅਤੇ ਲੱਤ ਦੇ ਉੱਪਰ ਵੀ ਸੱਟ ਹੈਗੀ ਆ। ਸਰ ਕਿੰਨੀਆਂ ਕੁ ਸਵਾਰੀਆਂ ਸੀ ਇਹ ਬੱਸ ਦੇ ਵਿੱਚ? ਸਵਾਰੀਆਂ ਤਾਂ ਤਕਰੀਬਨ ਬੱਸ ਇਹ ਜਿਹੜੀ ਲੁਧਿਆਣੇ ਤੋਂ ਮਨਜੀਤ ਵਾਲੇ ਦੀ ਆਉਂਦੀ ਹੈ ਫੁੱਲ ਹੀ ਹੁੰਦੀ ਹੈ ਜੀ। ਕਾਫੀ ਸਵਾਰੀਆਂ ਸੀ ਇਹਦੇ ਵਿੱਚ, ਕੋਈ ਬੱਚੇ ਖਿਡਾਰੀਆਂ ਬਾਰੇ ਵੀ ਪਤਾ ਲੱਗਾ ਕਿ ਕੋਈ ਮਲੇਰ ਕੋਲੇ ਤੋਂ ਮਾਲਪੁਰ ਸਾਈਡ ਖੇਡਣ ਜਾ ਰਹੇ ਸੀਗੇ। ਸਵਾਰੀਆਂ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਜੀ? ਦੇਖੋ ਜਿਹੜੇ ਮੇਨ ਇੰਜਰ ਆ ਉਹ ਤਕਰੀਬਨ ਤਿੰਨ ਬੰਦੇ ਜਿਹੜੇ ਜ਼ਿਆਦਾ ਇੰਜਰਡ ਸੀਗੇ ਜਿਹਨਾਂ ਨੂੰ ਅੰਡਰ ਟ੍ਰੀਟਮੈਂਟ ਉੱਥੇ ਰੱਖਿਆ ਹੋਇਆ ਇਹ ਹੋਸਪਿਟਲ 'ਚ, ਅਤੇ ਕੁਝ ਜਿਹੜੇ ਬੱਚੇ ਸੀਗੇ ਉਹਨਾਂ ਦੇ ਨੋਰਮਲ ਸੱਟਾਂ ਸੀਗੀਆਂ, ਉਹਨੇ ਮੁੱਢਲੀ ਟ੍ਰੀਟਮੈਂਟ ਤੋਂ ਬਾਅਦ ਡਾਕਟਰ ਸਾਹਿਬ ਨੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ। ਇਹਦਾ ਕੋਈ ਕਾਰਨ ਪਤਾ ਲੱਗਾ ਕੋਈ ਹੋਏਗਾ? ਕਾਰਨ ਤਾਂ ਦੇਖੋ ਜੀ ਇਹ ਆ, ਹੁਣ ਜਦੋਂ ਇਹ ਆਪਸ ਵਿੱਚ ਜਦੋਂ ਉਹ ਇਹ ਔੜ ਤੋਂ ਜਾ ਰਹੀ ਸੀ ਬੱਸ ਨਵਾਂਸ਼ਹਿਰ ਸਾਈਡ ਨੂੰ, ਅਤੇ ਜੋ ਟਰਾਲੀ ਆ ਉਹ ਨਵਾਂਸ਼ਹਿਰ ਸਾਈਡ ਤੋਂ ਔੜ ਵੱਲ ਨੂੰ ਆ ਰਹੀ ਸੀ, ਅਤੇ ਉਹ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਇਹ ਦੇਖ ਰਹੇ ਹਾਂ ਵੀ ਕਿਸ ਦੀ ਗਲਤੀ, ਉਹਦੇ ਖਿਲਾਫ਼ ਜੋ ਵੀ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜੋ ਵੀ ਕਾਰਵਾਈ। ਸਰ ਸਵਾਰੀਆਂ ਦੇ ਵਿੱਚ ਦੱਸਿਆ ਵੀ ਇਹਦੇ ਵਿੱਚ ਕੈਮਰੇ ਦੇ ਮੂਹਰੇ ਦੱਸਿਆ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ, ਸਾਡੇ ਸਾਹਮਣੇ ਨਸ਼ਾ ਕੀਤਾ। ਦੇਖੋ ਡਰਾਈਵਰ ਸਾਹਮਣੇ ਆਈ, ਡਰਾਈਵਰ ਇੰਜਰਡ ਆ ਅਤੇ ਅਜੇ ਅੰਡਰ ਟ੍ਰੀਟਮੈਂਟ ਆ, ਉਹ ਆਪਾਂ ਡਾਕਟਰ ਸਾਹਿਬ ਤੋਂ ਜਦੋਂ ਉਹਦੀ ਕੋਈ ਫੈਟ ਬਾਰੇ ਸਟੇਟਮੈਂਟ ਲੈਣ ਲਈ ਐਪਲੀਕੇਸ਼ਨ ਮੂਵ ਕਰਾਂਗੇ ਅਤੇ ਉਹਦੇ ਵਿੱਚ ਲਿਖ ਦਾਂਗੇ, ਉਹਦੇ ਵਿੱਚ ਵੀ ਸਾਨੂੰ ਦੱਸਿਆ ਜਾਵੇ ਕੋਈ ਨਹੀਂ ਕਿਸੇ ਨੇ ਅਪੀਲ ਕੀਤੀ ਉਹਦੇ ਬਾਰੇ ਪਤਾ ਲੱਗ ਜੂਗਾ। ਇੱਕ ਟਰੋਲੀ ਅਤੇ ਬੱਸ ਦੇ ਵਿੱਚ ਹਾਦਸਾ ਹੋਇਆ, ਪੈਸੈਂਜਰ ਬੱਸ ਅਤੇ ਟਰੋਲੀ ਦੇ ਵਿੱਚ। ਇਹਨਾਂ ਤੋਂ ਵਿੱਚ ਬੇਸਿਕਲੀ ਜੋ ਹੁਣ ਤੱਕ ਪਤਾ ਲੱਗਿਆ ਤਫਤੀਸ਼ ਤੋਂ ਜਿਹੜੇ ਲੋਕਾਂ ਨੇ ਦੇਖਿਆ ਕਿ ਇੱਕ ਦੂਜੇ ਨੂੰ ਓਵਰਟੇਕ ਕਰਦਿਆਂ ਅਤੇ ਇਹਨਾਂ ਦੇ ਵਿੱਚ ਕੋਲੀਜਨ ਹੋ ਗਿਆ, ਅਤੇ ਇਸ ਕਰਕੇ 6 ਸਵਾਰੀਆਂ ਇਨਕਲੂਡਿੰਗ ਡਰਾਈਵਰ ਇੰਜਰ ਹੋਏ ਹੈ। ਹੁਣ ਇਮੀਡੀਏਟਲੀ ਇਹਨਾਂ ਸਾਰਿਆਂ ਨੂੰ ਸਿਵਲ ਹੋਸਪਿਟਲ ਸ਼ਿਫਟ ਕਰ ਦਿੱਤਾ ਗਿਆ, ਇਲਾਜ ਚੱਲ ਰਿਹਾ ਸਾਰਿਆਂ ਦਾ, ਹੁਣ ਤੱਕ ਠੀਕ ਹੈ, ਕੋਈ ਵੀ ਕੈਜੂਐਲਿਟੀ ਨਹੀਂ ਹੋਈ ਹੈ। ਦੋਵਾਂ ਦੇ ਹੈੱਡ ਇੰਜਰੀ ਹੈ, ਬਾਕੀ ਸਾਰੇ ਠੀਕ ਠਾਕ ਹੈ। ਇਹਨਾਂ ਦੀ ਫੈਮਿਲੀਜ਼ ਨੂੰ ਇਨਫੋਰਮ ਕਰ ਦਿੱਤਾ ਗਿਆ, ਅਤੇ ਜੋ ਵੀ ਅੱਗੇ ਮੌਕੇ ਦਾ ਜਾਇਜ਼ਾ ਲੈ ਕੇ ਤਫਤੀਸ਼ ਪੁਲਿਸ ਵੱਲੋਂ ਜਾਰੀ ਹੈ, ਅਤੇ ਲੀਗਲ ਐਕਸ਼ਨ ਐਜ਼ ਪਰ ਦੀ ਮੈਰਿਟ ਲਿਆ ਜਾਏਗਾ। ਪਰ ਮੈਂ ਹਿਊਮਨ ਐਰਰ ਲੱਗ ਰਿਹਾ ਕਿ ਮਸ਼ੀਨਰੀ ਐਰਰ ਹੈ ਜੀ? ਇਹ ਹੁਣ ਦੇਖਾਂਗੇ, ਕਿਉਂਕਿ ਦੋਵੇਂ ਡਰਾਈਵਰਸ ਇੰਜਰਡ ਹੈ, ਉਹਨਾਂ ਦੀ ਸਟੇਟਮੈਂਟ 'ਤੇ ਜ਼ਿਆਦਾ ਕਲੈਰਿਟੀ ਆਏਗੀ। ਥੈਂਕ ਯੂ।